20 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਕੈਨਮ ਮੂਵੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਪੰਜਾਬੀ ਫਿਲਮ ਢੋਲ ਰੱਤੀ ਦੀ ਸਟਾਰ ਕਾਸਟ ਅੰਮ੍ਰਿਤਸਰ ਪਹੁੰਚੀ। ਫਿਲਮ ਵਿੱਚ ਲੱਖਾ ਲਖਵਿੰਦਰ ਸਿੰਘ, ਪੂਜਾ ਠਾਕਰ ਤੋਂ ਇਲਾਵਾ ਮਲਕੀਤ ਰੋਨੀ, ਹਰਦੀ ਸੰਘਾ, ਹਰਿੰਦਰ ਭੁੱਲਰ, ਗੁਰਪ੍ਰੀਤ ਭੰਗੂ ਅਤੇ ਅੰਮ੍ਰਿਤਪਾਲ ਛੋਟੂ ਵਰਗੇ ਦਮਦਾਰ ਕਲਾਕਾਰ ਭੂਮਿਕਾ ਨਿਭਾ ਰਹੇ ਹਨ। ਪੁਰਾਣੇ ਪੰਜਾਬ ਨੂੰ ਦਰਸਾਉਂਦੀ ਇਹ ਫਿਲਮ ਅੱਜ ਦੀ ਪੀੜ੍ਹੀ ਲਈ ਮਹੱਤਵਪੂਰਨ ਸੰਦੇਸ਼ ਦੇ ਨਾਲ ਨਾਲ ਪਰਿਵਾਰਕ ਸੰਬੰਧਾਂ ਅਤੇ ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਦੀ ਮਹੱਤਤਾ ਨੂੰ ਦਰਸਾਉਂਦੀ ਹੈ। ਕਲਾਕਾਰਾਂ ਦੇ ਮੁਤਾਬਿਕ ਫਿਲਮ ਮਨੋਰੰਜਨ, ਕਾਮੇਡੀ ਅਤੇ ਜਜ਼ਬਾਤਾਂ ਦਾ ਪੂਰਾ ਪੈਕੇਜ ਹੈ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਸ 20 ਜੁਲਾਈ ਨੂੰ ਅਸੀਂ ਆਪਣੀ ਫਿਲਮ ਲੈ ਕੇ ਆ ਰਹੇ ਹਾਂ ਢੋਲ ਰੱਤੀ, ਔਰ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਸਾਰਿਆਂ ਨੇ ਜ਼ਰੂਰ ਵੇਖਣੀ ਹੈ। ਇਹ ਫੁੱਲੀ ਐਂਟਰਟੇਨਮੈਂਟ ਸਾਡੀ ਫਿਲਮ ਦੇ ਵਿੱਚ ਹੈਗਾ। ਇੱਕ ਪਰਿਵਾਰਕ ਰਿਸ਼ਤਿਆਂ ਦੀ ਗੱਲ ਕੀਤੀ ਗਈ ਹੈ, ਔਰ ਮੈਂ ਪੱਕਾ ਯਕੀਨ ਨਾਲ ਆਖ ਸਕਦਾ ਕਿ ਤੁਹਾਨੂੰ ਸਾਡੀ ਫਿਲਮ ਜ਼ਰੂਰ ਪਸੰਦ ਆਏਗੀ। ਮੈਂ ਇਸ ਗੱਲੋਂ ਵੀ ਕਹਿੰਦਾ ਕਿ ਮੇਰਾ ਬਚਪਨ ਹੈ ਜਿਹੜਾ ਚੋਲਾ ਸਾਹਿਬ ਪਿੰਡ ਦੇ ਵਿੱਚ ਲੰਘਿਆ, ਔਰ ਮੇਰੀ ਦਿਲੀ ਸਾਂਝ ਹੈ ਤੁਹਾਡੇ ਦੇ ਨਾਲ, ਅਤੇ ਮੈਂ ਚਾਹੂੰਗਾ ਕਿ ਤੁਸੀਂ ਸਾਰੇ ਮੇਰੇ ਭਰਾ ਹੋ ਅੰਮ੍ਰਿਤਸਰ ਵਾਲੇ, ਔਰ ਇਹ ਫਿਲਮ ਜ਼ਰੂਰ ਵੇਖਣ ਜਾਇਆ। ਹਾਂਜੀ, ਰਤੀ ਤੇਰੀ ਤੇ ਢੋਲ ਮੇਰਾ ਲੂੰਗੀ ਹੋਈ, ਨਿੱਤ ਪਾਉਣੀ ਆ ਮੇਰੇ ਰੇਸ਼ਮ ਦੀਆਂ ਡੋਰਾਂ। ਸੋ ਵੇਖੋ, ਢੋਲ ਇੱਕ ਇੰਸਟਰੂਮੈਂਟ ਹੈ ਅਸਲ ਦੇ ਵਿੱਚ, ਜੇ ਆਪਾਂ ਉਹਦੀ ਡੈਫੀਨੇਸ਼ਨ ਦੇਈਏ, ਅਤੇ ਰੱਤੀਆਂ ਤੁਹਾਨੂੰ ਪਤਾ ਇੱਕ ਕੁਆਂਟਿਟੀ ਹੈ, ਹੈ ਨਾ। ਕੁਆਂਟਿਟੀ ਦੇ ਨਾਲ ਹੀ ਚਾਂਦੀ ਪੈਂਦੀ ਹੈ ਤਾਂ ਉਹਦਾ ਢੋਲ ਬਣਦਾ ਹੈ, ਜੁਗਣੀ ਜਿਹੜੀ ਸਾਡੇ ਗੱਲ 'ਚ ਪਾਈ ਦੀ ਹੈ। ਔਰ ਹੁਣ ਕੀ ਆ ਕਿ ਜਿਹੜਾ ਇਹ ਨਾਂ ਹੈਗਾ, ਇਹ ਕਰਦਾ ਹੈ ਪਿਆਰ ਅਤੇ ਮੁਹੱਬਤ ਨੂੰ ਰੀਪ੍ਰਜੈਂਟ। ਜਿਵੇਂ ਕਿ ਹੀਰ ਰਾਂਝਾ ਸੀ, ਮਿਰਜ਼ਾ ਸਾਹਿਬਾ ਸੀ, ਉਹ ਤਾਂ ਹੀ ਇੱਕ ਕਪਲ ਹੈਗਾ, ਇੱਕ ਪਿੰਡ ਦੇ ਵਿੱਚ ਰਹਿੰਦਾ, ਢੋਲ ਅਤੇ ਰੱਤੀ, ਉਹਨਾਂ ਦੇ ਪਿਆਰ ਦੀ ਅਤੇ ਮੁਹੱਬਤ ਦੀ ਅਤੇ ਆਪਸੀ ਇਤਫਾਕ ਦੀ ਸਟੋਰੀ ਹੈ। ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਹਾਂਜੀ, 20 ਜੁਲਾਈ ਨੂੰ ਢੋਲ ਰੱਤੀ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਵਰਲਡ ਵਾਈਡ, ਅਤੇ ਇਹਦੇ ਵਿੱਚ ਮੇਰਾ ਜੋ ਕਰੈਕਟਰ ਹੈ ਰੱਤੀ ਦਾ ਹੈ, ਔਰ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਕਿ ਮੈਂ ਕਲਚਰ ਦੇ ਨਾਲ ਜੁੜ ਕੇ ਮੂਵੀ ਨੂੰ ਕੀਤਾ ਹੈ। ਅਤੇ ਆਈ ਹੋਪ ਤੁਸੀਂ ਇੰਨਾ ਪਿਆਰ ਦਿੱਤਾ ਮੇਰੇ ਸਾਰੇ ਸੌਂਗ ਨੂੰ ਔਰ ਟ੍ਰੇਲਰ ਨੂੰ, ਤਾਂ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਇਸ ਤਰ੍ਹਾਂ ਹੀ ਮੂਵੀ ਨੂੰ ਪਿਆਰ ਦਿਓਗੇ, ਅਤੇ ਮੈਨੂੰ ਤੁਹਾਡੀ ਬਹੁਤ ਜ਼ਿਆਦਾ ਸਪੋਰਟ ਚਾਹੀਦੀ ਹੈ। ਪਲੀਜ਼ ਇਹਨੂੰ ਮੂਵੀ ਦੇਖਣ, ਫੈਮਿਲੀ ਮੂਵੀ ਹੈ ਤਾਂ ਫੈਮਿਲੀ ਦੇ ਨਾਲ ਪਲੀਜ਼ ਇਹਨੂੰ ਮੂਵੀ ਦੇਖਣ ਜਾਇਓ। ਥੈਂਕ ਯੂ ਸੋ ਮਚ। ਮੈਮ, ਤੁਸੀਂ 2 ਮਿੰਟ ਇੱਧਰ ਆ। ਮੇਰੇ ਤੋਂ ਪਹਿਲਾਂ ਮੇਰੇ ਕੋ ਆਰਟਿਸਟਾਂ ਨੇ ਢੋਲ ਰੱਤੀ ਬਾਰੇ ਕਾਫੀ ਕੁਝ ਦੱਸ ਰਿਹਾ, ਅਤੇ ਮੈਨੂੰ ਪੂਰੀ ਉਮੀਦ ਹੈ, ਟ੍ਰੇਲਰ ਨੂੰ ਬਹੁਤ ਪਿਆਰ ਦਿੱਤਾ, ਕਿ ਤੁਸੀਂ ਮੂਵੀ ਨੂੰ ਵੀ ਉਨਾ ਹੀ ਪਿਆਰ ਦਿਓਗੇ, ਕਿਉਂਕਿ ਇਹ 1970 ਦੀ ਕਹਾਣੀ ਹੈ, ਸਾਡੇ ਕਲਚਰ ਦੀ ਕਹਾਣੀ ਹੈ, ਸਾਡੇ ਰਿਸ਼ਤਿਆਂ ਦੀ ਕਹਾਣੀ ਹੈ, ਸਾਡੇ ਪਿਛਲੇ ਸਮਿਆਂ ਦੀ ਕਹਾਣੀ ਹੈ, ਜਿਹੜੇ ਹੁਣ ਬੱਚੇ ਭੁੱਲਦੇ ਜਾ ਰਹੇ ਨੇ। ਅਤੇ ਜਿੱਥੋਂ ਤੱਕ ਮੇਰੇ ਆਪਣੇ ਕਰੈਕਟਰ ਦਾ ਸਵਾਲ ਹੈ, ਤੁਸੀਂ ਟ੍ਰੇਲਰ 'ਚ ਦੇਖ ਹੀ ਰਹੇ ਹੋ ਕਿ ਮੇਰਾ ਕਿਹੋ ਜਿਹਾ ਕਰੈਕਟਰ ਹੈ, ਮੈਂ ਪੂਰਾ ਨਹੀਂ ਦੱਸੂੰਗੀ, ਕਿਉਂਕਿ ਤੁਸੀਂ ਸਾਰੇ ਮੂਵੀ ਦੇਖਣ ਜਾਓ, ਤਾਂ ਕਿ ਤੁਸੀਂ ਮੇਰਾ ਕਰੈਕਟਰ ਵੀ ਦੇਖ ਸਕੋ, ਸਾਰਿਆਂ ਦਾ ਕਰੈਕਟਰ ਦੇਖ ਸਕੋ। ਬੜਾ ਪਿਆਰ ਦੇ ਰਹੇ ਹੋ ਪੰਜਾਬੀ ਸਿਨੇਮੇ ਨੂੰ, ਅਤੇ ਇਹ ਵੀ ਇੱਕ ਪੰਜਾਬੀ ਮੂਵੀ ਹੈ, ਅਤੇ ਮੈਂ ਸਾਡੇ ਪ੍ਰੋਡਿਊਸਰ ਦੀ, ਡਾਇਰੈਕਟਰ ਦੀ, ਅਤੇ ਸਾਡੇ DOP ਦੀ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਨੂੰ ਕੈਮਰਾਬੰਦ ਕਰਕੇ ਤੁਹਾਡੇ ਤੱਕ ਪਹੁੰਚਾਇਆ। ਅਤੇ ਹੁਣ ਤੁਹਾਡੇ ਤੋਂ ਆਸ ਕਰਦੀ ਹਾਂ ਕਿ ਤੁਸੀਂ ਸਾਰੇ ਆਪਣੇ ਪਰਿਵਾਰਾਂ ਨਾਲ ਹੁੰਮ ਹੁਮਾ ਕੇ 20 ਜੁਲਾਈ ਨੂੰ ਸਿਨੇਮਾ ਘਰਾਂ ਵਿੱਚ ਜਾ ਕੇ ਢੋਲ ਰੱਤੀ ਨੂੰ ਭਰਵਾਂ ਪਿਆਰ ਦਿਓ। ਰਾਈਟਰ ਸਾਹਿਬ, ਜਿਹੜਾ ਫਟਾਫਟ ਕੁਰਸੀ ਬਦਲੋ। ਅੰਮ੍ਰਿਤਸਰ ਤੋਂ ਧਰਮਵੀਰ ਗਿੱਲ, ਖਬਰ ਹਰਪਲ ਇੰਡੀਆ ਲਈ।